ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਛੋਟੇ ਹੁੰਦਿਆਂ ਬਹੁਤ ਵਾਰੀ ਸੁਣਿਆ ਸੀਗਾ ਵੀ ਹੜ੍ਹ ਆਏ ਸੀ, ਹੜ੍ਹ ਆਏ ਸੀ, ਪਰ ਹੜ੍ਹ ਜਦੋਂ ਹੁਣ ਆਏ ਆ ਤਾਂ ਹੁਣ ਅਸੀਂ ਦੇਖੇ ਆਪਦੇ ਅੱਖੀਂ, ਜਦੋਂ ਆਪ ਸਾਰੇ ਬੰਨੇ ਮੋਬਾਈਲ 'ਤੇ ਸੋਸ਼ਲ ਮੀਡੀਆ ਦੇਖੋ ਭਰਿਆ ਪਿਆ ਸਾਰੇ ਬੰਨੇ ਪਾਣੀ ਪਾਣੀ, ਉੱਦਾਂ ਹੀ ਸਾਰੇ ਖਬਰਾਂ ਭੈਣ ਭਰਾ ਦੇ ਰਹੇ ਦੱਸ ਰਹੇ ਆ। ਦੇਖੋ ਕਿਤੇ ਮਾਲ ਡੰਗਰ ਰੁੜੇ ਜਾਂਦੇ ਮਰੀ ਜਾਂਦੇ, ਕਿਤੇ ਇਨਸਾਨ ਰੁੜੇ ਜਾਂਦੇ, ਹੈ ਨਾ, ਕਿਤੇ ਗੱਡੀਆਂ ਰੁੜੀ ਜਾਂਦੀਆਂ, ਕਿਤੇ ਘਰ ਡਿੱਗ ਜਾਂਦੇ ਆ, ਕਿਤੇ ਤੂੜੀ ਵਾਲੇ ਕੁੱਪ ਮਾਲ ਡੰਗਰ ਕੋਈ ਪੱਠਾ ਰਿਹਾ, ਜ਼ਿਮੀਂਦਾਰਾਂ ਦਾ ਸਾਰਾ ਝੋਨਾ ਫਸਲਾਂ ਤਬਾਹ ਹੋ ਗਿਆ, ਖਤਮ ਹੋ ਗਈਆਂ, ਪਰ ਸਰੇਕ ਜਗ੍ਹਾ ਪਾਣੀ 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 ਪਾਣੀ। ਪਰ ਇਹ ਮੰਜ਼ਰ ਦੇਖ ਕੇ ਬਹੁਤ ਡਰ ਲੱਗ ਰਿਹਾ, ਕਿਉਂਕਿ ਇਹਦੇ ਵਿੱਚ ਬਹੁਤ ਇਨਸਾਨ ਆ ਜੋ ਚੱਲ ਵੀ ਨਹੀਂ ਸਕਦੇ, ਉਹਨਾਂ ਨੂੰ ਤੁਰਨਾ ਵੀ ਬਹੁਤ ਮੁਸ਼ਕਲ ਆ। ਬਹੁਤ ਇਨਸਾਨ ਉਹ ਆ ਜਿਹਨਾਂ ਕੋਲ ਦੋ ਟਾਈਮ ਦੀ ਰੋਟੀ ਜੋਗੇ ਪੈਸੇ ਹੁੰਦੇ, ਪਰ ਉਹ ਕੋਠਿਆਂ ਦੇ ਛੱਤਰੇ ਚੜ੍ਹ ਚੜ੍ਹ ਕੇ ਬੈਠੇ ਆ। ਅਤੇ ਸਾਡੇ ਜਿਹੜੀਆਂ ਸੰਗਤਾਂ ਭੈਣ ਭਰਾ ਸੇਵਾ ਕਰਦੇ ਉਹਨਾਂ ਦਾ ਮੈਂ ਧੰਨਵਾਦ ਕਰਦਾ, ਕਿਉਂਕਿ ਜਿਹੜੇ ਭੈਣ ਭਰਾ ਸਾਡੇ ਬਹੁਤ ਮੁਸ਼ਕਲਾਂ ਦੇ ਵਿੱਚ ਆ ਉਹਨਾਂ ਦੀ ਸੇਵਾ ਕਰਨ ਵਾਸਤੇ ਸਾਰੇ ਭੈਣ ਭਰਾ, ਸਾਰਾ ਪੰਜਾਬ ਜੁੜ ਗਿਆ, ਸਾਡੇ NRA ਵੀ ਹੈਲਪਾਂ ਭੇਜ ਰਹੇ ਆ, ਅਤੇ ਸਾਰੇ ਭੈਣ ਭਰਾ ਰਲ ਮਿਲ ਕੇ ਕੋਈ ਲੰਗਰ ਲਾ ਰਿਹਾ, ਹੈਲਪਾਂ ਕਰ ਰਿਹਾ, ਜਗ੍ਹਾ ਜਗ੍ਹਾ 'ਤੇ ਕਿਸ਼ਤੀਆਂ ਲੈ ਕੇ ਪਹੁੰਚ ਰਿਹਾ। ਉਹਨਾਂ ਸਾਰਿਆਂ ਦਾ ਧੰਨਵਾਦ ਦੀਆਂ, ਵਾਹਿਗੁਰੂ ਉਹਨਾਂ ਨੂੰ ਹਮੇਸ਼ਾ ਤੰਦਰੁਸਤੀਆਂ ਚੜ੍ਹਦੀਆਂ ਕਲਾ ਬਖਸ਼ੇ, ਜੋ ਸਾਰੇ ਪਰਿਵਾਰਾਂ ਦਾ ਇਸ ਮੁਸ਼ਕਲ ਦੀਆਂ ਘੜੀਆਂ ਦੇ ਵਿੱਚ ਧਿਆਨ ਰੱਖ ਰਿਹਾ, ਹੱਲ ਕਰ ਰਿਹਾ, ਉਹਨਾਂ ਦੇ ਵਾਸਤੇ ਬਹੁਤ ਮੁਸ਼ਕਲਾਂ ਦੇ ਵਿੱਚ ਆਪ ਨਿਕਲ ਕੇ ਉਹਨਾਂ ਵਾਸਤੇ ਬਹੁਤ ਚੀਜ਼ਾਂ ਲੈ ਕੇ ਜਾ ਰਹੇ ਆ, ਅਤੇ ਹਰੇਕ ਜਗ੍ਹਾ 'ਤੇ ਪਹੁੰਚ ਰਹੇ ਆ। ਪਰ ਮੈਂ ਇਹ ਬੇਨਤੀ ਕਰਦਾ ਵੀ ਜਿੱਥੇ ਕੋਈ ਸਾਡੇ ਭੈਣ ਭਰਾ ਪਹੁੰਚ ਰਿਹਾ, ਤਾਂ ਜਿੱਥੇ ਕੋਈ ਜਗ੍ਹਾ 'ਤੇ ਨਹੀਂ ਪਹੁੰਚ ਸਕਦਾ, ਜ਼ਰੂਰ ਆਸੇ ਪਾਸਿਓ ਪਤਾ ਕਰੋ, ਜਿੰਨੇ ਭੈਣ ਭਰਾ ਮੇਰੀ ਵੀਡੀਓ ਦੇਖਦੇ ਸੋਸ਼ਲ ਮੀਡੀਆ ਦਾ ਇਸਤੇਮਾਲ ਕਰਕੇ ਦੱਸੋ ਵੀ ਆਹ ਪਰੇਸ਼ਾਨੀ ਦੇ ਵਿੱਚ ਅਸੀਂ ਇਸ ਜਗ੍ਹਾ 'ਤੇ ਬੈਠਿਆ।